ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਸੀ। ਪੀਣ ਵਾਲਾ ਪਾਣੀ ਹੈ ਉਹ ਇਹਨਾਂ ਘੜਿਆਂ ਦੇ ਵਿੱਚ ਰੱਖਿਆ ਜਾਂਦਾ ਸੀ। ਉਸ ਟਾਈਮ 'ਤੇ ਨਾ ਤਾਂ ਫਰਿੱਜ ਹੁੰਦੇ ਸੀ, ਨਾ ਵਾਟਰ ਕੂਲਰ ਹੁੰਦੇ ਸੀ, ਅਤੇ ਨਾ ਹੀ ਹੋਰ ਇਸ ਤਰ੍ਹਾਂ ਦਾ ਸਾਜੋ ਸਮਾਨ ਹੁੰਦਾ ਸੀ। ਜਿਸ ਦੇ ਨਾਲ ਕਿ ਪਾਣੀ ਨੂੰ ਠੰਡਾ ਰੱਖਿਆ ਜਾ ਸਕੇ। ਪਰ ਇਹ ਮਿੱਟੀ ਦਾ ਕੰਮ ਕਰਨ ਵਾਲੇ ਕਾਰੀਗਰ ਖਾਸ ਤੌਰ 'ਤੇ ਪਰਜਾਪਤ ਬਰਾਦਰੀ ਨਾਲ ਸੰਬੰਧ ਰੱਖਦੇ ਨੇ। ਉਹਦਾ ਘਰ ਘਰੇ ਵੀਹ ਘੜੇ ਹੁੰਦੇ, ਘਰੇ ਹਰੇ ਹੁੰਦੇ ਸੀਗੇ, ਅਤੇ ਹੁਣ ਇੱਕ ਵੀ ਹੈ ਨਹੀਂ ਕਹੇ ਘਰੇ। ਇਹ ਘੜੇ ਵਾਲਾ ਪਾਣੀ ਤਾਂ ਬਹੁਤ ਵਧੀਆ ਸੀ, ਪਹਿਲਾਂ ਪਿਉਂ ਵੀ ਲੱਗਦੀਆਂ ਸੀ, ਥਾਂ ਥਾਂ ਮਤਲਬ ਘੜੇ ਰੱਖੇ ਹੁੰਦੇ ਸੀ, ਪਾਣੀ ਪੀਂਦੇ ਸੀ ਪਬਲਿਕ, ਕੋਈ ਪਰੇਸ਼ਾਨੀ ਨਹੀਂ ਆਉਂਦੀ ਸੀ। ਇਹਦਾ ਪੁਰਾਣਾ ਮਤਲਬ ਘੜਿਆਂ ਵੱਲ ਜਾਣਾ ਹੀ ਪਊਗਾ, ਜਿਹੜਾ ਮਤਲਬ ਮਿੱਟੀ ਦੇ ਪਾਣੀ ਘੜੇ ਹੈਗੇ ਨੇ। ਕੋਈ ਸਮਾਂ ਸੀ ਮਿੱਟੀ ਦੇ ਇਸ ਘੜੇ ਦਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਸੀ। ਸਮਾਂ ਬਦਲਿਆ, ਸਮੇਂ ਨੇ ਤਰੱਕੀ ਕੀਤੀ ਹੈ, ਔਰ ਕਿਤੇ ਨਾ ਕਿਤੇ ਜਾ ਕੇ ਮਿੱਟੀ ਦਾ ਇਹ ਘੜਾ ਅਲੋਪ ਹੁੰਦਾ ਨਜ਼ਰ ਆ ਰਿਹਾ। ਇੱਕ ਵਾਰ ਤਸਵੀਰਾਂ ਵੇਖ ਲਓ ਕਿ ਇਹ ਘੜਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਸੀ। ਪੀਣ ਵਾਲਾ ਪਾਣੀ ਹੈ ਉਹ ਇਹਨਾਂ ਘੜਿਆਂ ਦੇ ਵਿੱਚ ਰੱਖਿਆ ਜਾਂਦਾ ਸੀ। ਉਸ ਟਾਈਮ 'ਤੇ ਨਾ ਤਾਂ ਫਰਿੱਜ ਹੁੰਦੇ ਸੀ, ਨਾ ਵਾਟਰ ਕੂਲਰ ਹੁੰਦੇ ਸੀ, ਅਤੇ ਨਾ ਹੀ ਹੋਰ ਇਸ ਤਰ੍ਹਾਂ ਦਾ ਸਾਜੋ ਸਮਾਨ ਹੁੰਦਾ ਸੀ ਜਿਸ ਦੇ ਨਾਲ ਕਿ ਪਾਣੀ ਨੂੰ ਠੰਡਾ ਰੱਖਿਆ ਜਾ ਸਕੇ। ਪਰ ਇਹ ਮਿੱਟੀ ਦਾ ਕੰਮ ਕਰਨ ਵਾਲੇ ਕਾਰੀਗਰ ਖਾਸ ਤੌਰ 'ਤੇ ਪਰਜਾਪਤ ਬਰਾਦਰੀ ਨਾਲ ਸੰਬੰਧ ਰੱਖਦੇ ਨੇ, ਜਿਨ੍ਹਾਂ ਨੂੰ ਪਿੰਡਾਂ ਵਿੱਚ ਘੁਮਿਆਰ ਅਸੀਂ ਕਹਿ ਦਿੰਦੇ ਹਾਂ। ਇਹ ਆਪਦਾ ਕੰਮਕਾਜ ਛੱਡਦੇ ਜਾ ਰਹੇ ਨੇ। ਇਹ ਹੁਣ ਸਟਾਲ ਲਾ ਕੇ ਬੇਸ਼ੱਕ ਇਹਨਾਂ ਮਿੱਟੀ ਦੇ ਭਾਂਡਿਆਂ ਦੀ ਵਿਕਰੀ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਜਾ ਕੇ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਇਹ ਕੰਮ ਹੈ, ਉਹ ਬੰਦ ਹੋਣ ਦੇ ਕਿਨਾਰੇ ਹੈ। ਔਰ ਆਖਿਰਕਾਰ ਗੁਜਰ ਬਸਰੇ ਨਾਲ ਕਿਵੇਂ ਚੱਲਦਾ ਇਹਨਾਂ ਗੱਲਬਾਤ ਵੀ ਕਰੇ। ਥੋੜ੍ਹਾ ਅੱਗੇ ਆ ਜਾਓ ਜੀ, ਕੀ ਹਾਲ ਚਾਲ ਹੈ, ਕੀ ਨਾਮ ਹੈ ਤੁਹਾਡਾ? ਮੈਂ ਗੱਲਬਾਤ ਘੱਟ ਕਰਨੀ ਹੋ ਜੀ। ਨਾਮ ਕੀ ਹੋ ਤੁਹਾਡਾ? ਰਾਮ ਕੁਮਾਰ ਬਿੰਦਰ। ਰਾਮ ਕੁਮਾਰ, ਕੀ ਮਾਹੌਲ ਹੈ ਪਹਿਲਾਂ ਐਡੀ ਵੱਡੀ ਗਿਣਤੀ 'ਚ ਘੜੇ, ਕਿੰਨੇ ਕਿੰਨੇ ਲੋਕ ਪਹੁੰਚਦੇ ਸੀ ਘਰੇ? ਹੁਣ ਤਾਂ ਕੋਈ ਵੀ ਖਾਲੀ ਰਹਿ ਗਿਆ ਜੀ, ਤਾਂ ਬਹੁਤ ਫਰਕ ਹੈਗਾ ਜੀ। ਅੱਗੇ ਆ ਜਾਓ। ਹਾਂਜੀ, ਹੁਣ ਤਾਂ ਘੜੇ ਦੇਖ ਨਹੀਂ ਰਹੇ ਸਾਡੇ ਘੜੇ, ਹੁਣ ਤਾਂ ਵਾਟਰ ਕੂਲਰ ਆ ਗਏ, ਫਰਿੱਜਾਂ ਆ ਗਈਆਂ, ਇਹਨਾਂ ਸਭ ਦਾ ਲੈ ਕੇ ਬਹਿ ਗਿਆ। ਪਹਿਲਾਂ ਤੁਹਾਡੇ ਫਾਦਰ, ਤੁਹਾਡੇ ਦਾਦਾ ਕੰਮ ਕਰਦੇ ਸੀ, ਕੀ ਮਾਹੌਲ ਹੁੰਦਾ ਸੀ ਘਰ ਦੇ ਵਿੱਚ, ਕਿੰਨੇ ਲੋਕ ਕੰਮ ਕਰਦੇ ਸੀ? ਉਹ ਸਾਰੇ ਕੰਮ ਕਰਦੇ ਹੁੰਦੇ ਜੀ, ਸਾਰੇ ਕਾਰੋਬਾਰ ਲੱਗੇ ਹੋਏ, ਜਵਾਬ ਬੱਚਾ ਬੱਚੀ ਸਾਰੇ ਕੰਮ ਨਹੀਂ ਕੰਮ ਕਰਦੇ ਹੁੰਦੇ। ਹਾਂਜੀ, ਹੁਣ ਤਾਂ ਸਾਡੇ ਬੱਚੇ ਵੀ ਨਹੀਂ ਕੰਮ ਕਰਦੇ, ਕਿਉਂ ਕਰਨਗੇ? ਮਿੱਟੀ ਮਿੱਟੀ ਮਿਲਦੀ ਨਹੀਂ ਆ, ਬੱਚੇ ਬਾਲ ਨਹੀਂ ਮਿਲ ਰਿਹਾ ਜੀ, ਬਣਾਉਣ ਵਾਲਾ ਹੈ ਨਹੀਂ ਗੇ, ਬੱਚਿਆਂ ਦੇ ਹੱਥ ਨਾਲ ਤੈਨੂੰ ਪਤਾ ਹੀ ਹੈ, ਇਹ ਮਾਲ ਗਾਂ ਵੇਖਦਾ ਨਹੀਂ ਸਾਡਾ ਜੀ, ਖਰੀਏਗੀ ਅਸੀਂ ਬਣਾ ਕੇ ਲਿਆ ਵੀ ਨਾ ਅਸੀਂ, ਅਤੇ ਸਾਡਾ ਮਾਲ ਵੇਚਦਾ ਨਹੀਂ ਗਾ, ਅਤੇ ਹੁਣ ਘਰ ਘਰ ਹੁਣ ਫਿਰਨਾ ਪੈਂਦਾ ਜੀ। ਕੀ ਕਾਰਨ ਕੀ ਮੰਨਦੇ ਹੋ ਕਿ ਤੁਸੀਂ ਪਸ਼ਤੈਨੀ ਕੰਮ ਬੰਦ ਕਰਦੇ ਜਾ ਰਹੇ ਹੋ? ਤੁਹਾਡੀ ਅੱਗੇ ਪੀੜ੍ਹੀ ਕਰ ਰਹੀ, ਤੁਹਾਡੇ ਬੱਚੇ ਕੰਮ ਕਰਨਗੇ? ਇਹ ਸਾਡੇ ਬੱਚੇ ਨਹੀਂ ਕੰਮ ਕਰਦੇ ਜੀ, ਬੱਚੇ ਸਾਡੇ ਬਿਲਕੁਲ ਨਹੀਂ ਕੰਮ ਕਰਦੇ ਜੀ, ਉਹ ਤਾਂ ਜਿੰਨੇ ਅਸੀਂ ਬੈਠੇ ਬੈਠੇ ਕਰਦੇ ਹਾਂ, ਸਾਡੇ ਬੱਚੇ ਬਿਲਕੁਲ ਨਹੀਂ ਕੰਮ ਕਰਦੇ, ਕਿਉਂ ਕਾਰੋਬਾਰ ਖਤਮ ਹੋਈ ਜਾਂਦੇ ਆ, ਬੱਚੇ ਵੀ ਕੀ ਕਰਨ, ਬੱਚਿਆਂ ਨੂੰ ਰੋਟੀ ਕਰਾਇਆ ਮਿਲਦਾ ਨਹੀਂ ਅੱਗੇ, ਹੁਣ ਘੜੇ ਘਰ ਘਰ ਲੈ ਕੇ ਫਿਰ ਅਗਲਾ ਲੈਂਦਾ ਨਹੀਂ ਘੜੇ, ਅਲਾ ਕੀ ਕਰਨਾ, ਬਟਰ ਕੋਲ ਘਰੇ ਭਰੇ। ਕੀ ਲੱਗਦਾ ਸਮਾਂ ਕਿੰਨਾ ਬਦਲ ਗਿਆ? ਤੁਸੀਂ ਪੁਰਾਣਾ ਸਮਾਂ ਦੇਖਿਆ, ਅੱਗ ਦੀ ਮਾਡਰਨ ਜ਼ਿੰਦਗੀ ਦੇਖ ਰਹੇ ਹੋ, ਫਰਿੱਜਾਂ ਆ ਗਈਆਂ, ਏਸੀ ਆ ਗਏ, ਠੰਡੇ ਵਾਟਰ ਕੂਲਰ ਆ ਗਏ, ਚੇਂਜ ਕਿੰਨਾ ਹੋ ਗਿਆ? ਬਹੁਤ ਤੇਜ਼ ਹੋ ਗਿਆ ਜੀ, ਇੱਥੇ ਵੇਖਿਆ ਨਹੀਂ ਆਏ ਕੁਛ, ਇੱਦਾਂ ਅਸੀਂ ਜ਼ਿੰਦਗੀ ਬਚਾਈਏ ਸਭ ਵਧੀਆ, ਬਹੁਤ ਸਹੀ ਹੁੰਦੀ, ਪਰ ਹੁਣ ਤਾਂ ਸਾਨੂੰ ਬਹੁਤ ਔਖੀ ਜ਼ਿੰਦਗੀ ਵੀ ਆਉਣੀ, ਬਹੁਤ ਔਖੀ ਹੋਈ ਵੀ ਹੈ, ਕਿਉਂ ਕਾਰੋਬਾਰ ਸਾਡਾ ਖਤਮ ਹੋ ਗਏ, ਕਾਰੋਬਾਰ ਕਹਿ ਕੇ ਸਾਡਾ ਰੋਟੀ ਘਰ ਆਉਣਾ ਬੰਦ ਹੋ ਗਿਆ, ਹੁਣ ਤਾਂ ਟਾਈਮ ਪਾਸ ਕਰ ਰਹੇ ਹਾਂ ਬਸ ਧੱਕਾ ਮੁੱਕੇ ਨਾਲ। ਕਹਿੰਦੇ ਹੁਣ ਤਾਂ ਡਾਕਟਰ ਵੀ ਕਹਿਣ ਲੱਗੇ ਕਿ ਘੜੇ ਦੇ ਪਾਣੀ ਵਰਗਾ ਅੰਮ੍ਰਿਤ ਨਹੀਂ ਗਾ। ਹਾਂਜੀ ਹਾਂਜੀ, ਹੁਣ ਲੋਕ ਦੁਬਾਰਾ ਖਰੀਦਦਾਰੀ ਸ਼ੁਰੂ ਕਰਨੀ ਸ਼ੁਰੂ ਕਰਤੀ? ਨਹੀਂ, ਹੁਣ ਕਹਿੰਦੇ ਹੁਣ ਤਾਂ ਅੱਗੇ ਨਾਲ ਫਰਕ ਬਹੁਤ ਆ ਜੀ। ਹਾਂਜੀ, ਅੱਗੇ ਚੱਲੂ ਖਾਧਿਆ ਤਾਂ, ਹੁਣ ਤਾਂ ਗਰੀਬ ਜਨਤਾ ਵੀ ਮਤਲਬ ਘੜਾ ਲੈਂਦੇ ਹੈ ਵੀ। ਹਾਂਜੀ, ਇਹ ਪਹਿਲਾਂ ਜਵਾਬ ਬਿਲਕੁਲ ਬੰਦ ਹੋ ਗਏ ਸੀ ਜਮਾਂ। ਅੱਛਾ, ਪੁਰਾਣੇ ਟਾਈਮ ਦੇ ਵਿਕਰੀ ਘੜੇ ਦੇ ਕਿਵੇਂ ਹੁੰਦੀ? ਤੁਹਾਡੇ ਪਿਓ ਦਾਦੇ ਕੰਮ ਕਰਦੇ ਸੀ ਪਿੰਡਾਂ 'ਚ, ਕੀ ਮਾਹੌਲ ਸੀ, ਕਿਵੇਂ ਕਰਦੇ ਸੀ? ਉਹ ਤਾਂ ਬਹੁਤ ਵਿਕਰੀ ਹੁੰਦੇ ਸੀ, ਉਹ ਤਾਂ ਘਰ ਘਰੇ ਵੀਹ ਵੀਹ ਘੜੇ ਹੁੰਦੇ, ਘਰੇ ਹਰੇ ਹੁੰਦੇ ਸੀਗੇ, ਅਤੇ ਹੁਣ ਇੱਕ ਵੀ ਹੈ ਨਹੀਂ ਕਹੇ ਘਰੇ, ਹੁਣ ਤਾਂ ਭਰਦਾ ਨਹੀਂ ਅਗਲਾ, ਉਹ ਮਗਰ ਆਉਂਦੀ ਆ, ਉਹ ਭਰਦੀਆਂ ਨੇ, ਕਹਿੰਦੇ ਚਿੱਕਣ ਆਉਂਦਾ ਭਰਦੇ ਨਹੀਂ ਸੀ।
ਠੰਡੇ ਦੇ ਮਾਰੇ ਹੁਣ ਕਹਿੰਦਾ ਵਾਟਰ ਫਰਿੱਜ ਚੋਂ ਕੱਢ ਲੈਣੇ ਬੋਤਲ ਭਾਅ ਜੀ ਪੀ ਲੈਂਦੀਆਂ ਬਸ ਅਤੇ ਤਾਂ ਹੀ ਉਹ ਬਾਰੀਆਂ ਫੈਲ ਰਹੀਆਂ ਪਈਆਂ ਸਾਨੂੰ ਜੀ ਅਸੀਂ ਆਮ ਸਾਨੂੰ ਬਾਰੀਆਂ ਹੋਈਆਂ ਪਈਆਂ ਕੀ ਲੱਗਦਾ ਕਿ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਰੈਡੀਮੇਡ ਘੜੇ ਬਣਾਉਣ ਲੱਗ ਗਏ ਕੰਮ ਛੱਡਤਾ ਫਿਰ ਇਹਦਾ ਮਤਲਬ ਹਾਂਜੀ ਕੰਮ ਛੱਡਤਾ ਜੀ ਛੱਡਤਾ ਗੱਲ ਅਤੇ ਰੈਡੀਮੇਡ ਲਿਆਉਣਾ ਜੀ ਬਾਹਰੋਂ ਬੜਾ ਬਾਹਰ ਲਿਆਉਣਾ ਮਾਲ ਵੀ ਜਿੰਨਾ ਸਾਨੂੰ ਮਹਿੰਗਾ ਮਿਲਦਾ ਕੋਈ 5 ਵਜੇ ਕਹੇ 10 ਵਜੇ ਬਾਅਦ ਸਾਨੂੰ ਸਾਨੂੰ ਵਜਦੇ ਉਹ ਸਾਨੂੰ ਕੋਈ ਰੈਡੀਮੇਡ 'ਚ ਕੋਈ ਕਮਾਈ ਹੈ ਨਹੀਂ ਇਹ ਉਹ ਕਾਰੀਗਰ ਨੇ ਜਿਹੜੇ ਪੁਸਤੈਨੀ ਜਾਂ ਪੁਰਾਣੇ ਟਾਈਮ ਤੋਂ ਘੜੇ ਬਣਾਉਂਦੇ ਸੀ ਔਰ ਘੜੇ ਪਿੰਡਾਂ ਦੇ ਵਿੱਚ ਵੇਖਦੇ ਸੀ ਇਹ ਘੜਾ ਠੰਡੇ ਪਾਣੀ ਦੇ ਨਾਲ ਹਰੇਕ ਦੀ ਪਿਆਸ ਵੀ ਆਉਂਦੀ ਪਰ ਅੱਜ ਕੱਲ੍ਹ ਇਸ ਤਰ੍ਹਾਂ ਦੀਆਂ ਕੈਨੀਆਂ ਨੇ ਉਹ ਆਰ ਓ ਪਲਾਂਟਾਂ ਉਦਾਉਂਦੀਆਂ ਨੇ ਬਾਈ ਜੀ ਕਿਵੇਂ ਦੇਖਦੇ ਹੋ ਘੜੇ ਦੀ ਵਿਕਰੀ ਬੜੀ ਘੱਟ ਗਈ ਇਸ ਤਰ੍ਹਾਂ ਦੀ ਪਲਾਸਟਿਕ ਦੀਆਂ ਕੈਨੀਆਂ ਲੱਗਦਾ ਨਹੀਂ ਪੁਰਾਣੇ ਸਮੇਂ ਵੱਲ ਆਪਾਂ ਨੂੰ ਜਾਣਾ ਪਊਗਾ ਫਿਰ ਜਾਣਾ ਪਊਗਾ 100% ਜਾਣਾ ਪਊਗਾ ਇਹ ਤਾਂ ਬਿਮਾਰੀ ਦਾ ਘਰ ਹੈਗਾ ਇਹ ਘੜੇ ਵਾਲਾ ਪਾਣੀ ਤਾਂ ਬਹੁਤ ਵਧੀਆ ਸੀ ਪਹਿਲਾਂ ਪਿਓ ਵੀ ਲੱਗਦੀਆਂ ਸੀ ਥਾਂ ਤਾਂ ਮਤਲਬ ਘੜੇ ਰੱਖੇ ਹੁੰਦੇ ਸੀ ਪਾਣੀ ਪੀਂਦੇ ਸੀ ਪਬਲਿਕ ਕੋਈ ਪਰੇਸ਼ਾਨੀ ਨਹੀਂ ਆਉਂਦੀ ਸੀ ਫਿਰ ਖੇਤਾਂ 'ਚ ਘਾਹ ਕੋ ਵੱਟਣ ਜਾਂਦੇ ਸੀ ਵਾਟਰ ਵਰਕ ਦਾ ਪਾਣੀ ਕਿਤੇ ਵੀ ਮਤਲਬ ਖਾਲਿਆਂ 'ਚ ਕੜਾ ਹੁੰਦਾ ਸੀ ਉਹ ਵੀ ਸਾਫ਼ ਕਰਕੇ ਪੀ ਲੈਂਦੇ ਕੋਈ ਦਿੱਕਤ ਨਹੀਂ ਆਉਂਦੀ ਸੀ ਅੱਜ ਕੱਲ੍ਹ ਤਾਂ ਇੱਦਾਂ ਬਿਮਾਰੀਆਂ ਨੇ ਮੈਂ ਕਿਹੜਾ ਪੁੱਛੀ ਤਾਂ ਜੀ ਇਹ ਤਾਂ ਪੁਰਾਣਾ ਮਤਲਬ ਘੜਿਆਂ ਵੱਲ ਜਾਣਾ ਹੀ ਪਊਗਾ ਜਿਹੜਾ ਮਤਲਬ ਮਿੱਟੀ ਦੇ ਪਾਣੀ ਘੜੇ ਹੈਗੇ ਨੇ ਲੱਗਦਾ ਨਹੀਂ ਸੀ ਜ਼ਿਆਦਾ ਡਿਪੈਂਡ ਹੋ ਗਏ ਇਲੈਕਟ੍ਰੋਨਿਕ ਚੀਜ਼ਾਂ 'ਤੇ ਫਰਿੱਜਾਂ 'ਤੇ ਵਾਟਰ ਕੂਲਰਾਂ 'ਤੇ ਬਾਹਲਾ ਨਜਾਇਜ਼ ਹੋ ਗਏ ਸਰ ਅਤੇ ਦਰਖਤ ਮਤਲਬ ਪੱਟੀ ਆਉਂਦੇ ਨੇ ਏ ਸੀ ਲੱਗੀ ਜਾਂਦੇ ਨੇ ਕਿੰਨੀ ਗਰਮੀ ਮਤਲਬ ਹੋਈ ਜਾਂਦੀ ਹੈਗੀ ਆ ਦਿਨੋਂ ਦਿਨ ਇਹੀ ਕਾਰਨ ਮਤਲਬ ਗਰਮੀ ਵਧਣ ਦਾ ਵੀ ਅਤੇ ਪਾਣੀ ਦੀ ਕਮੀ ਵੀ ਇਹੀ ਕਾਰਨ ਆਈ ਆ ਜਿਹੜੀ ਹੋਈ ਜਾਂਦੀ ਆ ਬਿਲਕੁਲ ਇਹ ਦਾਸਤਾਨ ਹੈ ਉਸ ਮਜ਼ਦੂਰ ਦੀ ਜਿਹੜੇ ਮਿੱਟੀ ਦਾ ਕੰਮ ਕਰਦੇ ਸੀ ਪੁਸਤੈਨੀ ਕੰਮ ਸੀ ਇਹਨਾਂ ਦਾ ਪਿਓ ਦਾਦਿਆਂ ਤੋਂ ਲੈ ਕੇ ਕੰਮਕਾਜ ਕਰਦੇ ਸੀ ਔਰ ਮਿੱਟੀ ਦੇ ਘੜੇ ਬਣਾਉਂਦੇ ਸੀ ਪਰ ਇਹਨਾਂ ਨੇ ਅੱਜ ਘੜੇ ਬਣਾਉਣੇ ਬੰਦ ਕਰ ਦਿੱਤੇ ਨੇ ਬੇਸ਼ੱਕ ਘਰ ਦੀ ਜਗ੍ਹਾ 'ਤੇ ਆ ਕੇ ਸਟਾਲ ਘੜਿਆਂ ਦੀ ਲਾਈ ਹੈ ਕਹਿ ਰਹੇ ਕਿ ਅਸੀਂ ਕੰਮ ਕਰਾਂਗੇ ਪਰ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹ ਇਹ ਕੰਮ ਛੱਡ ਦੇਗੀ ਔਰ ਜਲਦੀ ਹੀ ਇਹ ਘੜਾ ਆਮ ਬੰਦੇ ਦੀ ਜ਼ਿੰਦਗੀ 'ਚੋਂ ਅਲੋਪ ਹੋ ਜਾਏਗਾ ਬਠਿੰਡਾ ਤੋਂ ਸੂਰਜ ਭਾਨ ਨਿਊਜ਼ 18 ਪੰਜਾਬ